ਪਪਿੰਦਰ ਉਸਤਾਦ ਦੀ ਕਹਾਣੀ ਕੁੱਤੇ ਦੀ ਪੂਛ ਦਾ ਬਾਕੀ ਦਾ ਪਾਰ ਮੈਨੂੰ ਕੀ ਗੋਲੀ ਵੱਜੀ ਐ ਜੋ ਮੈਂ ਟੈਸਟ ਕਰਾਉਂਦਾ ਫੇਰਾ ਚੰਦਰ ਨੇ ਜਿਵੇਂ ਸੋਨੀਆ ਦੀ ਗੱਲ ਤੋਂ ਹੱਦ ਤੱਕ ਮਹਿਸੂਸ ਕੀਤੀ ਕਮਜ਼ੋਰੀ ਤਾਂ ਮੇਰੇ 'ਚ ਵੀ ਕੋਈ ਨਹੀਂ ਇਹ ਤਾਂ ਰੱਬ ਹੀ ਜਾਣਦਾ ਵੀ ਸਾਡੇ ਬੱਚਾ ਕਿਉਂ ਨਹੀਂ ਹੋ ਰਿਹਾ ਇਹਨੂੰ ਜੇ ਹੋਰ ਕੋਈ ਗੱਲ ਨਾ ਲੱਭੂ ਇਹ ਨਿਆਣਿਆਂ ਦਾ ਰੋਣਾ ਰੋਣ ਲੱਗ ਪੋ ਪਈ ਇੱਥੇ ਨਿਆਣਾ ਕੋਈ ਨਹੀਂ ਮੈਂ ਵੇਲੇ ਭਰਾ ਕੋਲ ਚੱਲਿਆਂ ਦੋ ਚਾਰ ਦਿਨ ਉੱਥੇ ਰਹਿ ਕੇ ਆ ਜਾਾਂਗਾ ਏ ਦੱਸੇ ਵੀ ਉਥੇ ਕਿੰਨੇ ਕਿ ਨਿਆਣੇ ਹੈਗੇ ਨੇ ਇਸ ਨਾਲ ਖੇਡਣ ਨੂੰ ਬਸ ਬਹਾਨਾ ਬਣਾ ਕੇ ਘਰੋਂ ਨਿਕਲਣਾ ਹੁੰਦਾ ਹੈ ਫਿਰ ਆ ਕੇ ਉਹਦੇ ਨਿਆਣਿਆਂ ਨੂੰ ਗਾਲਾਂ ਕੱਢੇਗਾ ਉਹ ਬੜੇ ਕੁੱਤੇ ਨੇ ਪਿਓ ਨੂੰ ਇਕੱਲਾ ਛੱਡ ਕੇ ਚਲੇ ਗਏ ਇਹ ਨਹੀਂ ਪਤਾ ਵੀ ਪਿਓ ਆਪਣੀਆਂ ਕਰਤੂਤਾ ਨਾਲ ਇਕੱਲਾ ਹੋਇਆ ਇਹਨੂੰ ਭਰਾ ਦੇ ਇਕੱਲੇ ਹੋਣ ਦਾ ਬਹੁਤ ਫਿਕਰ ਰਹਿੰਦਾ ਹੈ ਮੇਰੇ ਇਕੱਲੇ ਹੋਣ ਦਾ ਜਾਂ ਮੇਰੇ ਮਰਨ ਦਾ ਇਹਨੂੰ ਕੋਈ ਫਿਕਰ ਨਹੀਂ ਘਰ ਦਾ ਸਮਾਨ ਲਿਆਉਣ ਦਾ ਕੋਈ ਫਿਕਰ ਨਹੀਂ ਬਸ ਕਢੂਸਾਂ ਛੱਡਣੀਆਂ ਹੁੰਦੀਆਂ ਉੱਥੋਂ ਹਮੇਸ਼ਾ ਬਿਮਾਰ ਹੋ ਕੇ ਹੀ ਆਉਂਦਾ ਹੈ ਇੱਕ ਵਾਰੀ ਇਹ ਆਇਆ ਤਾਂ ਮੇਰੀ ਆਪਣੀ ਤਬੀਅਤ ਠੀਕ ਨਹੀਂ ਸੀ ਮੈਂ ਸੋਚ ਰਹੀ ਸੀ ਕਿ ਕਿਸੇ ਨੂੰ ਫੋਨ ਕਰਾਂ ਉਹ ਮੈਨੂੰ ਹਸਪਤਾਲ ਲੈ ਚਲੇ ਇਨਨੇ ਨੂੰ ਇਹ ਆ ਗਿਆ ਦੁਹਾਈ ਪਾਉਣ ਲੱਗ ਪਿਆ ਸੋਨੀਆ ਮੈਨੂੰ ਜਲਦੀ ਹਸਪਤਾਲ ਲੈ ਕੇ ਚੱਲ ਮੈਨੂੰ ਪਤਾ ਨਹੀਂ ਕੀ ਹੋ ਰਿਹਾ ਮੈਂ ਮਰ ਚੱਲਿਆ ਮੈਨੂੰ ਮਰਨ ਤੋਂ ਬਹੁਤ ਡਰ ਲੱਗਦਾ ਮੈਂ ਇਹਨੂੰ ਦੱਸਿਆ ਮੇਰੇ ਬਹੁਤ ਦਰਦ ਹੋ ਰਹੀ ਹੈ ਮੇਰੇ ਤੋਂ ਗੱਡੀ ਨਹੀਂ ਚੱਲਣੀ ਤੂੰ ਕਿਸੇ ਨੂੰ ਫੋਨ ਕਰ ਜਾ ਐਮਬੂਲੈਂਸ ਬੁਲਾ ਲੈ ਉਹ ਆਪਪਾ ਨੂੰ ਲੈ ਚਲੇਗੀ ਪਰ ਇਹ ਨਹੀਂ ਮੰਨਿਆ ਇਹ 200 ਕਿਲੋਮੀਟਰ ਗੱਡੀ ਚਲਾ ਕੇ ਇੱਥੇ ਤਾਂ ਆ ਗਿਆ ਪਰ 2 ਮੀਲ ਹਸਪਤਾਲ ਜਾਣ ਲਈ ਇਹਦੀ ਜਾਨ ਨਿਕਲਣ ਲੱਗੀ। ਮਜਬੂਰੀ 'ਚ ਮੈਂ ਔਖੀ ਹੋ ਕੇ ਗੱਡੀ ਚ ਲਾ ਕੇ ਹਸਪਤਾਲ ਗਈ। ਜਦੋਂ ਡਾਕਟਰ ਨੇ ਰਿਪੋਰਟ ਦਿੱਤੀ ਤਾਂ ਇਹਦਾ ਸਭ ਕੁਝ ਨਾਰਮਲ ਸੀ। ਮੇਰੇ ਅਪੈਂਡਿਕਸ ਦਾ ਆਪਰੇਸ਼ਨ ਉਸੇ ਦਿਨ ਕਰਨਾ ਪਿਆ ਪਰ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ। ਤੇਰੇ ਕਹਿੰਦਾ ਮਤਲਬ ਹੈ ਕਿ ਮੈਨੂੰ ਕੋਈ ਤਕਲੀਫ ਨਹੀਂ ਸੀ। ਮੈਂ ਐਵੇਂ ਰੌਲਾ ਪਾ ਰਿਆ। ਹਾਂ ਤੇਰੀ ਰਿਪੋਰਟ ਤਾਂ ਇਹੋ ਕਹਿੰਦੀ ਸੀ। ਡਾਕਟਰਾਂ ਦਾ ਕੀ ਆ? ਉਹ ਤਾਂ ਐਵੇਂ ਲਿਖ ਦਿੰਦੇ ਆ ਸਭ ਠੀਕ ਹੈ। ਇਹ ਤਾਂ ਉਹਨੂੰ ਪਤਾ ਹੁੰਦਾ ਜਿਹਨੂੰ ਤਕਲੀਫ ਹੁੰਦੀ ਹੈ। ਚੰਦਰ ਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ ਆਪਣੇ ਬਚਾ ਲਈ ਤੁਸੀਂ ਐਵੇਂ ਕਿਉਂ ਲੜੀ ਜਾ ਰਹੇ ਹੋ ਇਸ ਤਰ੍ਹਾਂ ਲੜ ਕੇ ਕੋਈ ਲਾਭ ਨਹੀਂ ਹੋਣ ਵਾਲਾ ਇਸ ਤਰ੍ਹਾਂ ਤਾਂ ਤੁਹਾਡੀ ਜ਼ਿੰਦਗੀ ਹੋਰ ਵੀ ਨਰਕ ਬਣ ਜਾਏਗੀ ਪਰਮਾਤਮਾ ਦੀ ਦਿੱਤੀ ਇਸ ਜ਼ਿੰਦਗੀ ਨੂੰ ਉਹਦੀ ਰਜ਼ਾ 'ਚ ਰਹਿ ਕੇ ਜਿਓ ਸਭ ਠੀਕ ਹੋ ਜਾਏਗਾ ਮੈਂ ਉਹਨਾਂ ਨੂੰ ਸ਼ਾਂਤੀ ਰੱਖਣ ਲਈ ਕਿਹਾ ਜੋਗਿੰਦਰ ਜੀ ਜ਼ਿੰਦਗੀ ਨਰਕ ਤਾਂ ਬਣੀ ਹੋਈ ਹੈ ਹੋਰ ਇਹਨੇ ਕੀ ਨਰਕ ਬਣਨਾ ਸੋਨੀਆ ਬਹੁਤ ਦੁਖੀ ਹੋਈ ਬੋਲ ਰਹੀ ਸੀ ਤੁਸੀਂ ਘਬਰਾਓ ਨਾ ਇੱਕ ਦੂਜੇ ਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਭ ਠੀਕ ਹੋ ਜਾਏਗਾ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਮੈਂ ਉਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ ਜੋਗਿੰਦਰ ਜੀ ਇਹਦੇ ਕੁਝ ਸਮਝ ਨਹੀਂ ਆਉਣ ਵਾਲਾ ਇਹ ਸਮਝਦਾ ਮੇਰੇ ਨਾਲੋਂ ਸਿਆਣਾ ਦੁਨੀਆਂ 'ਚ ਹੋਰ ਕੋਈ ਨਹੀਂ ਮੇਰੀ ਤਾਂ ਜ਼ਿੰਦਗੀ ਲੰਘ ਗਈ ਇਹਨੂੰ ਸਮਝਦਿਆਂ ਪਰ ਮੈਨੂੰ ਇਹਦੀ ਸਮਝ ਨਹੀਂ ਲੱਗੀ ਸੋਨੀਆ ਦੁਖੀ ਹੋਈ ਉੱਠ ਕੇ ਰਸੋਈ 'ਚ ਚਲੀ ਗਈ ਸਾਰੇ ਆਪਣੇ ਆਪਣੇ ਥਾਂ ਸਿਆਣੇ ਐ ਕਿਸੇ ਲਈ ਆਪਣੇ ਘਰ ਕਲੇਸ਼ ਪਾ ਲੈਣਾ ਸਿਆਣਪ ਨਹੀਂ ਹੁੰਦੀ ਤੇਰੇ ਭਰਾ ਕੀਮਤੀ ਨੇ ਵੀ ਆਪਣੀ ਸਿਆਣਪ ਨਾਲ ਆਪਣਾ ਘਰ ਉਜਾੜ ਲਿਆ ਤੇ ਹੁਣ ਤੂੰ ਵੀ ਉਸੇ ਚਾਲੇ ਚੱਲ ਰਿਹਾ ਹੈ ਮੇਰੀ ਗੱਲ ਸੁਣ ਕੇ ਚੰਦਰ ਨੂੰ ਬਹੁਤ ਬੁਰਾ ਲੱਗਾ ਉਹਨੇ ਬਹੁਤ ਭਿਆਨਕ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਜਿਵੇਂ ਉਹ ਮੈਨੂੰ ਸਬੂਤਾ ਹੀ ਨਿਗਲ ਜਾਏਗਾ ਚੰਦਰ ਮੈਨੂੰ ਬਹੁਤ ਅਫਸੋਸ ਹੈ ਕਿ ਤੈਨੂੰ ਮੇਰੀ ਗੱਲ ਨੇ ਦੁੱਖ ਪਹਚਾਇਆ ਪਰ ਜ਼ਰਾ ਠੰਡੇ ਦਿਮਾਗ ਨਾਲ ਸੋਚ ਕੀਮਤੀ ਦਾ ਘਰ ਟੁੱਟਣ ਚ ਕਿਹਦਾ ਕਸੂਰ ਸੀ ਹੁਣ ਵੀ ਕੀਮਤੀ ਜੋ ਕਰ ਰਿਹਾ ਉਹ ਕਿੰਨਾ ਕੁ ਸਹੀ ਹੈ ਤੇ ਉਹਦੀ ਬੀਵੀ ਤੇ ਪੁੱਤਰਾਂ ਦਾ ਜਿਗਰਾ ਦੇਖ ਮੈਂ ਅਜੇ ਵੀ ਕੀਮਤੀ ਨੂੰ ਨਾਲ ਰੱਖਣ ਲਈ ਉਹਦਾ ਸਾਰਾ ਖਰਚ ਸਹਿਣ ਲਈ ਤਿਆਰ ਹਾਂ ਪਰ ਉਹ ਹੈ ਕਿ ਫੋਕੇ ਆਕੜ ਚੱਕੜਿਆ ਬੈਠਾ ਹੈ ਤੂੰ ਵੀ ਉਹਦੀ ਇੰਨੀ ਮਦਦ ਕਰਦਾ ਹੈ ਪਰ ਉਹ ਉੱਥੇ ਇੱਥੇ ਆ ਕੇ ਸੋਨੀਆ ਨੂੰ ਕਹਿੰਦਾ ਚੰਦਰ ਪਤਾ ਨਹੀਂ ਬਾਹਰ ਕਿੱਥੇ-ਕਿੱਥੇ ਪੈਸਾ ਉਜਾੜ ਰਿਹਾ ਤੇ ਜਦੋਂ ਤੂੰ ਉਸ ਕੋਲ ਜਾਂਦਾ ਹੈ ਤਾਂ ਉਹ ਤੈਨੂੰ ਕਹਿੰਦਾ ਹੈ ਕਿ ਤੂੰ ਨਿਆਣਿਆਂ ਤੋਂ ਬਿਨਾਂ ਹੀ ਮਰ ਜਾਣਾ ਤੂੰ ਸੋਚਦਾ ਕੀ ਮਤਲਬ ਹੋਇਆ ਮੇਰੀ ਗੱਲ ਸੁਣ ਕੇ ਚੰਦਰ ਹੈਰਾਨ ਹੋਇਆ ਮੇਰੇ ਵੱਲ ਵੇਖਣ ਲੱਗਾ ਚੰਦਰ ਯਸਵੀ ਲਈ ਉਮਰ ਦੇ ਜਿਸ ਦੌਰ ਚੋਂ ਤੁਸੀਂ ਲੰਘ ਰਹੇ ਹੋ ਤੁਹਾਨੂੰ ਆਪਸ ਵਿੱਚ ਪਿਆਰ ਨਾਲ ਇੱਕ ਦੂਜੇ ਦੀ ਹੋ ਕੇ ਰਹਿਣ ਦੀ ਲੋੜ ਹੈ ਪਿਆਰ ਨਾਲ ਰਹੋਗੇ ਤਾਂ ਜ਼ਿੰਦਗੀ ਖੁਸ਼ੀ ਭਰਪੂਰ ਮਾਹੌਲ ਚ ਲੰਗੇਗੀ ਵਾਨਾ ਤਲਖੀਆਂ ਨਾਲ ਖੈ ਖੈ ਕੇ ਦੁਖੀ ਹੋਉਂਗੇ ਤੁਸੀਂ ਦੋਵੇਂ ਪੜੇ ਲਿਖੇ ਹੋ ਮੈਂ ਤਾਂ ਠਹਿਰੇ ਅਨਪੜ ਫਿਰ ਵੀ ਮੇਰੀ ਗੱਲ ਤੇ ਗੌਰ ਕਰ ਲੈਣਾ ਸ਼ਾਇਦ ਕੁਝ ਚੰਗਾ ਲੱਗੇ ਏਨੀ ਗੱਲ ਕਹਿ ਕੇ ਮੈਂ ਆ ਗਿਆ ਫਿਰ ਬਹੁਤ ਦਿਨ ਮੇਰੀ ਉਹਨਾਂ ਨਾਲ ਮੁਲਾਕਾਤ ਨਾ ਹੋ ਸકી ਉਹਨਾਂ ਦੇ ਘਰੋਂ ਚੀ ਆਵਾਜ਼ ਵੀ ਸੁਣਾਈ ਨਾ ਦਿੱਤੀ ਮੈਨੂੰ ਸ਼ੱਕ ਹੋਇਆ ਕਿ ਸ਼ਾਇਦ ਚੰਦਰ ਫੇਰ ਲੜਕੇ ਭਰਾ ਕੋਲ ਨਾ ਚਲਾ ਗਿਆ ਹੋਵੇ ਫਿਰ ਇਕੱਲੀ ਸੋਨੀਆ ਦੀ ਆਵਾਜ਼ ਕਿਵੇਂ ਸੁਣ ਸਕਦੀ ਹੈ ਇੱਕ ਦਿਨ ਮੈਂ ਕਿਸੇ ਨੂੰ ਮਿਲਣ ਸਾਊਥ ਹਾਲ ਗਿਆ ਉੱਥੇ ਮੈਨੂੰ ਚੰਦਰ ਦਾ ਇੱਕ ਦੋਸਤ ਹਰੀ ਮਿਲ ਪਿਆ ਕਿਦਾਂ ਭਾਈ ਸਾਹਿਬ ਪਾਰਟੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਜ਼ੋਰ ਸ਼ੋਰ ਨਾਲ ਹਰੀ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਪੁੱਛਿਆ ਮੈਂ ਹੈਰਾਨ ਹੋਇਆ ਉਹਦੇ ਮੋਹਲ ਵੇਖਣ ਲੱਗਾ ਕਾਦੀ ਪਾਰਟੀ ਵਈ ਮੈਂ ਉਹਦਾ ਹੱਥ ਘੁੱਟਦੇ ਹਾਂ ਪੁੱਛਿਆ ਕਮਾਲ ਆ ਯਾਰ ਤੈਨੂੰ ਅਜੇ ਤੱਕ ਕਾਰਡ ਨਹੀਂ ਮਿਲਿਆ ਪਰ ਤੈਨੂੰ ਤਾਂ ਕਾਰਡ ਦੀ ਲੋੜ ਹੀ ਨਹੀਂ ਤੂੰ ਤਾਂ ਹੈ ਹੀ ਉਹਨਾਂ ਦੇ ਘਰ ਦਾ ਬੰਦਾ ਕਾਰਡ ਤਾਂ ਸਾਡੇ ਅਰਗਿਆਂ ਲਈ ਹੁੰਦੇ ਆ ਹਰੀ ਹੱਸਣ ਲੱਗਾ ਮੈਂ ਅਜੇ ਵੀ ਹੈਰਾਨ ਖੜਾ ਸੀ ਯਾਰ ਬੁਝਾਰ ਤਾਂ ਕਿਉਂ ਪਾਈ ਜਾਣਾ ਸਿੱਧੀ ਗੱਲ ਕਰ ਕੀ ਹੈ ਮੈਂ ਗੁੱਸੇ ਜਿਹੇ ਚ ਉਹਨੂੰ ਕਿਹਾ ਤੈਨੂੰ ਸੱਚੀ ਨਹੀਂ ਪਤਾ ਹਰੀ ਹੈਰਾਨ ਹੋਇਆ ਮੇਰੇ ਵੱਲ ਦੇਖ ਰਿਹਾ ਸੀ ਨਹੀਂ ਯਾਰ ਮੈਨੂੰ ਕੁਝ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਤੈਨੂੰ ਕਿਉਂ ਪੁੱਛਦਾ ਸ਼ਾਇਦ ਤੂੰ ਠੀਕ ਕਹਿ ਰਿਹਾ ਹੈ ਮੈਂ ਤੈਨੂੰ ਦੱਸਦਾ ਚੰਦਰ ਤੇ ਸੋਨੀਆ ਇੱਕ ਪਾਰਟੀ ਕਰ ਰਹੇ ਆ ਉਹ ਇਸ ਖੁਸ਼ੀ 'ਚ ਮੈਂ ਉਤਸੁਕਤਾ ਨਾਲ ਪੁੱਛਿਆ ਉਹ ਇਸ ਖੁਸ਼ੀ 'ਚ ਕੇ ਦੋਹਾਂ ਨੇ ਆਪਸ 'ਚ ਰਾਜ਼ੀਨਾਮਾ ਕਰ ਲਿਆ ਹੈ ਕਿ ਉਹ ਇੱਕ ਦੂਜੇ ਨਾਲ ਪਿਆਰ ਭਰੀ ਜ਼ਿੰਦਗੀ ਜਿਉਣਗੇ ਭਰਾ ਨੂੰ ਆਪਣੀ ਜ਼ਿੰਦਗੀ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਨ ਦੇਣਗੇ ਇਹ ਸਭ ਤੇਰੀ ਮਿਹਨਤ ਨਾਲ ਹੀ ਹੋਇਆ ਹੈ ਇਹਦੀ ਸ਼ੁਰੂਆਤ ਉਹ ਇੱਕ ਪਾਰਟੀ ਦੇ ਕੇ ਕਰਨਾ ਚਾਹੁੰਦੇ ਆ ਇਸ ਸੰਡੇ ਨੂੰ ਪਾਰਟੀ ਹੈ ਹਰੀ ਨੇ ਸਾਰੀ ਗੱਲ ਦੱਸੀ ਹਰੀ ਭਾਈ ਇਹ ਤਾਂ ਬਹੁਤ ਹੀ ਚੰਗੀ ਖਬਰ ਹੈ ਦੋ ਜ਼ਿੰਦਗੀਆਂ ਤਬਾਹ ਹੋਣੋਂ ਬਚ ਜਾਣਗੀਆਂ ਪਰ ਇਹ ਸਭ ਤੈਨੂੰ ਕਿੱਥੋਂ ਪਤਾ ਲੱਗਾ ਉਹ ਗੱਲ ਇਸ ਤਰ੍ਹਾਂ ਹੋਈ ਵੀ ਮੇਰੇ ਇੱਕ ਦੋਸਤ ਦੇ ਬੇਟੇ ਦੀ ਸ਼ਾਦੀ ਹੈ ਮੈਨੂੰ ਲੈ ਗਿਆ ਸ਼ਾਦੀ ਦੇ ਕਾਰਡ ਸਿਲੈਕਟ ਕਰਨ ਲਈ ਉੱਥੇ ਉਹਨਾਂ ਨੇ ਸਾਨੂੰ ਕੁਝ ਕਾਰਡ ਦਿਖਾਏ ਉਹਨਾਂ ਚ ਇਹਨਾਂ ਦੀ ਪਾਰਟੀ ਦਾ ਕਾਰਡ ਵੀ ਸੀ ਮੈਂ ਪੜ ਕੇ ਹੈਰਾਨ ਹੋ ਗਿਆ ਦੋ ਦਿਨ ਪਹਿਲਾਂ ਹੀ ਤਾਂ ਚੰਦਰ ਮੈਨੂੰ ਮਿਲਿਆ ਸੀ ਪਰ ਇਹਨੇ ਕੋਈ ਜ਼ਿਕਰ ਨਹੀਂ ਸੀ ਕੀਤਾ ਮੈਂ ਸੋਚਿਆ ਇਹਨਾਂ ਨੇ ਮੈਨੂੰ ਨਾ ਦੱਸਣਾ ਹੋਵੇਗਾ ਪਰ ਕੱਲ ਸ਼ਾਮ ਨੂੰ ਉਹ ਕਾਰਡ ਮੈਨੂੰ ਮਿਲਿਆ ਮੈਂ ਚੰਦਰ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨੇ ਦੱਸਿਆ ਵੀ ਇਹ ਸਸਪੈਂਸ ਆਪ ਹੀ ਰੱਖਿਆ ਸੀ ਇਹ ਕਾਡ ਪੁੱਜੇ ਤੇ ਹੀ ਇਸ ਖਬਰ ਦਾ ਪਤਾ ਮਿੱਤਰਾਂ ਨੂੰ ਲੱਗੇ ਜਿਨ੍ਹਾਂ ਨੂੰ ਸਾਡੀ ਗ੍ਰਸਤੀ ਦਾ ਫਿਕਰ ਸੀ ਹੁਣ ਸਾਡੀ ਜ਼ਿੰਦਗੀ ਦੇ ਦੁਖੀ ਨਾਟਕ ਦਾ ਪਰਦਾ ਸਦਾ ਲਈ ਡਿੱਗ ਪੈਣਾ ਹੈ ਅਸੀਂ ਨਵੇਂ ਸਿਰੇ ਤੋਂ ਜ਼ਿੰਦਗੀ ਜਿਉਣ ਦਾ ਫੈਸਲਾ ਕਰ ਲਿਆ ਤੁਸੀਂ दारू ਪੀਣ ਜ਼ਰੂਰ ਆਉਣਾ ਹਰੀ ਨੇ ਸਾਰੀ ਗੱਲ ਦੱਸੀ ਮੈਂ ਖੁਸ਼ੀ-ਖੁਸ਼ੀ ਘਰ ਆ ਗਿਆ ਜਦੋਂ ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ ਦਰਾਂ ਚੰਦਰ ਵੱਲੋਂ ਭੇਜਿਆ ਕਾਡ ਤੇ ਅਸੀਂ ਵੈਸੇ ਕੱਲ ਚੰਦਰ ਦਾ ਫੋਨ ਆਇਆ ਸੀ ਉਹਨੇ ਮੈਨੂੰ ਸੰਡੇ ਨੂੰ ਤਿਆਰ ਹੋ ਕੇ ਰਹਿਣ ਲਈ ਕਿਹਾ ਸੀ ਮੇਰੇ ਪੁੱਛਣ ਤੇ ਉਹਨੇ ਦੱਸਿਆ ਵੀ ਕਿਤੇ ਜਾਣਾ ਹੈ ਉਹਨੇ ਪਾਰਟੀ ਦੀ ਗੱਲ ਨਹੀਂ ਸੀ ਦੱਸੀ ਐਤਵਾਰ ਸਾਰੇ ਸੱਜਣ ਮਿੱਤਰ ਤਿਆਰ ਹੋ ਕੇ ਚੰਦਰ ਦੇ ਘਰ ਪਹੁੰਚ ਗਏ ਘਰ ਦੇ ਬਗੀਚੇ 'ਚ 6 ਸੱਤ ਟੇਬਲ ਲੱਗੇ ਸੀ ਜਿਨ੍ਹਾਂ ਉੱਤੇ ਸ਼ੈਂਪੇਨ, ਬੀਅਰ, ਵਿਸਕੀ ਤੇ ਸੋਡੇ ਦੀਆਂ ਬੋਤਲਾਂ ਪਈਆਂ ਸੀ ਇੱਕ ਟੇਬਲ ਉੱਤੇ ਵੱਡਾ ਸਾਰਾ ਕੇਕ ਪਿਆ ਸੀ ਕੇਕ ਕੱਟਣ ਦੀ ਐਨਾਨਸਮੈਂਟ ਹੋਈ ਚੰਦਰ ਸੋਨੀਆ ਨਾਲ ਫੋਟੋ ਖਿਚਾਉਣ ਲਈ ਧੱਕਮ ਧੱਕਾ ਕਰਕੇ ਉਹਨਾਂ ਨਾਲ ਖੜੇ ਹੁੰਦਾ ਯਤਨ ਕਰਨ ਲੱਗੇ। ਫੋਟੋ ਖਿੱਚ ਹੋਣ ਲੱਗੀ। ਸੋਨੀਆ ਤੇ ਚੰਦਰ ਨੇ ਕੇਕ ਕੱਟਣ ਲਈ ਵੱਡੇ ਕਰਦੇ ਸਨ ਜਿਹੇ ਹੱਥਾਂ 'ਚ ਫੜ ਲਈ। ਪਹਿਲਾਂ ਤੂੰ ਮੈਨੂੰ ਇੱਕ ਕੇਕ ਖਵਾਈਂ। ਫਿਰ ਮੈਂ ਤੈਨੂੰ ਖਵਾਵਾਂਗੀ। ਸੋਨੀਆ ਨੇ ਕਰਦ ਕੇ ਕੇਕ ਤੇ ਰੱਖ ਦਿਆਂ ਕਿਹਾ। ਨਹੀਂ ਪਹਿਲਾਂ ਤੂੰ ਮੈਨੂੰ ਖਵਾਈਂ। ਚੰਦਰ ਨੇ ਅੱਖਾਂ ਕੱਢ ਦਿਆਂ ਕਿਹਾ। ਨਹੀਂ ਪਹਿਲਾਂ ਤੂੰ। ਮੈਂ ਤੈਨੂੰ ਪਹਿਲਾਂ ਕਿਹਾ। ਸੋਨੀਆ ਨੇ ਕਰਦ ਕੇ ਕੇਕ 'ਚ ਖੋਬ ਦਿੱਤੇ। ਕੀ ਚੰਦਰ ਗਰਜਿਆ ਇਹ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ ਚੰਦਰ ਨੇ ਪੈਰ ਮਾਰ ਕੇ ਟੇਬਲ ਉਲਟਾ ਦਿੱਤਾ ਸਭ ਕੁਝ ਜ਼ਮੀਨ ਤੇ ਆ ਡਿਗਾ ਦੋ ਤਿੰਨ ਬੋਤਲਾਂ ਵੀ ਟੁੱਟ ਗਈਆਂ ਜਿਨ੍ਹਾਂ ਨੇ ਕਈ ਮਿੱਤਰਾਂ ਦੇ ਕੱਪੜੇ ਵੀ ਖਰਾਬ ਕਰਤੇ ਕੇਕ ਵਿਚਾਰਾ ਜੋ ਹੁਣੇ ਕੱਟ ਹੋਣ ਲੱਗਾ ਸੀ ਉਹ ਜ਼ਮੀਨ ਤੇ ਪਿਆ ਸੀ ਚੰਦਰ ਉਹ ਨੂੰ ਮਿੱਦਦਾ ਹੋਇਆ ਸਭ ਕੁਝ ਛੱਡ ਕੇ ਬਾਹਰ ਨਿਕਲ ਗਿਆ ਮਹਿਮਾਨ ਇੱਕ ਦੂਜੇ ਦੇ ਮੂੰਹ ਹਲ ਵੇਖਣ ਲੱਗੇ ਕੀ ਗੱਲ ਹੋਈ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਬਿੱਟੋ ਕਿਸੇ ਦੀ ਆਵਾਜ਼ ਆਈ ਓਏ ਇਹਦਾ ਕੁੱਤੇ ਦੀ ਪੂਛ ਨਿਕਲਿਆ ਜਿਹੜੀ 12 ਸਾਲ ਬਾਸ ਚ ਪਾ ਕੇ ਰੱਖੀ ਸੀ ਜਦੋਂ ਕੱਢੀ ਤਾਂ ਵਿੰਗੀ ਦੀ ਵਿੰਗੀ ਸੀ ਇਹਨੇ ਵੀ ਨਹੀਂ ਸੁਧਰਨਾ ਧੰਨਵਾਦ